ਮੈਂ ਜਾ ਰਿਹਾ ਹੁਣ ਜਿਹੜਾ ਨਾਈਨ ਆਰਕ ਬ੍ਰਿਜ ਹੈਗਾ ਉੱਥੇ ਜਾ ਰਿਹਾ ਅਤੇ ਥੋੜ੍ਹੀ ਦੂਰ ਹੈ ਗਿਆ, ਮੈਂ 10 ਮਿੰਟ ਦੀ ਵੋਕ ਕੀਤੀ ਹੋਣੀ ਮਤਲਬ, ਅਤੇ ਥੋੜ੍ਹੀ ਦੂਰ ਹੈ ਗਿਆ ਮੈਂ ਘੱਟੋ ਘੱਟ 10 ਮਿੰਟ ਵੋਕ ਕੀਤੀ ਅਤੇ ਸਾਹਮਣੇ ਹੈਗਾ ਬਹੁਤ ਵਧੀਆ ਹੈਗਾ ਨਾਈਨ ਆਰਕ ਬ੍ਰਿਜ। ਟ੍ਰੇਨ ਟਾਈਮ ਟੇਬਲ ਹੈਗਾ 4:47 ਨੂੰ, 5:50 'ਤੇ ਆਈ, 5:50 'ਤੇ ਟ੍ਰੇਨ ਆਈ ਅਤੇ ਕਈ ਵਜੇ ਤਾਂ ਬਹੁਤ ਟਾਈਮ ਪਿਆ। ਅਜੇ 30 ਮਿੰਟ ਪਏ ਹੋਏ ਆ ਅਤੇ 30 ਮਿੰਟ ਸਹੀ ਹੈ, ਟ੍ਰੇਨ ਵੇਟ ਕਰ ਸਕਦੇ, ਇਸ ਲਈ ਟੂਰਿਸਟ ਜਿਹੜੇ ਜ਼ਿਆਦਾਤਰ ਹੈਗੇ ਆ ਉਹ ਮਤਲਬ ਵੇਟ ਕਰ ਰਹੇ ਹਾਂ ਜ਼ਿਆਦਾਤਰ। ਦੇਖੋ ਕਾਫੀ ਟੂਰਿਸਟ ਆ, ਨਾਈਨ ਆਰਕ ਬ੍ਰਿਜ கிட்ட மாலையெல்லாம் கேம்.
5:30 ਤੇ 5:30 ਤੇ ਹੋਣੀ ਟ੍ਰੇਨ ਤੇ ਸਾਰੇ ਮੰਦਰ ਦਾ ਉਹਨੂੰ ਡਿਕਲੇ ਗਿਆ ਹੋਰ ਸੁੱਕੀ ਆ ਟ੍ਰੇਨ ਵਾਲੇ ਜਿਹੜਾ ਸੀਗਾ ਆਪਣੇ ਪਏ ਹੋਏ ਆ ਫਾਈਨਲੀ ਟ੍ਰੇਨ ਸਾਨੂੰ ਮਿਲੀ ਗਈ ਅਤੇ ਆਪਣਾ ਮਿਸ਼ਨ ਜਿਹੜਾ ਪੋਸੀਬਲ ਹੋ ਗਿਆ ਕੰਪਲਿਸ਼ ਹੋ ਗਿਆ ਜੇ ਕਹਿ ਸਕਦੇ ਹਾਂ ਅਤੇ ਬਾਕੀ ਹੁਣ ਰੇਨੀ ਸੀਜ਼ਨ ਵੀ ਹੈਗਾ ਅਤੇ ਇਸ ਤੋਂ ਪਹਿਲਾਂ ਜਿੱਦਾਂ ਮਤਲਬ ਜਲਦੀ ਤੋਂ ਜਲਦੀ ਇਸ ਤੋਂ ਬਾਅਦ ਅਤੇ ਹੋਸਟਲ ਜਾਣਾ ਜਾਣਾ ਮੈਂ ਅਤੇ ਠੀਕ ਆ ਬਾਕੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਅਤੇ ਕਾਫੀ ਇਹਨੂੰ ਵੇਟ ਕਰਾਇਆ 5:30 ਮੇਰੇ ਹਿਸਾਬ ਨਾਲ ਹੁਣ ਟਾਈਮ ਹੋ ਗਿਆ 551 ਕਾਫੀ ਵੇਟ ਕਰਿਆ 551